ਹੈਲੋ एवरीवन ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਇਟਸ ਜੀਕੇ ਗੁਰਜੀਤ ਦੇ। ਦੋਸਤੋ ਅੱਜ ਦੀ ਵੀਡੀਓ ਵਿੱਚ ਇਕਨੋਮਿਕਸ ਯਾਨੀ ਕਿ ਅਰਥ ਸ਼ਾਸਤਰ ਦੇ ਮੋਸਟ ਇੰਪੋਰਟੈਂਟ MCQ ਕਵਰ ਕਰਾਂਗੇ। ਇਹ ਇਸ ਵੀਡੀਓ ਦਾ ਪਾਰਟ 5 ਰਹੇਗਾ ਜੀ। ਇਸ ਤੋਂ ਪਹਿਲਾਂ ਇਸ ਦੇ ਚਾਰ ਪਾਰਟ ਜਿਹੜੇ ਅਪਲੋਡ ਹੋ ਚੁੱਕੇ ਨੇ ਜੇਕਰ ਤੁਸੀਂ ਉਹ ਪਾਰਟ ਨਹੀਂ ਵੇਖੇ ਤਾਂ ਅੱਜ ਦੀ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ 'ਚ ਤੁਹਾਨੂੰ ਉਹ ਪਾਰਟ ਮਿਲ ਜਾਣਗੇ। ਉੱਥੋਂ ਜਾ ਕੇ ਤੁਸੀਂ ਇਹ ਪਾਰਟ ਜਿਹੜੇ ਵੇਖ ਸਕਦੇ ਹੋ। ਨਾਲ ਲੀਗਲ ਹੋਰ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਿਓ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ। ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਨਾਲ ਲੱਗੇ ਬੈਲ ਆਈਕਨ ਨੂੰ ਵੀ ਪ੍ਰੈਸ ਕਰਨਾ ਤਾਂ ਜੋ ਤੁਹਾਨੂੰ ਸਾਡੀ ਹਰੇਕ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਟਾਈਮ ਨਾਲ ਮਿਲ ਸਕੇ। ਹਾਂਜੀ ਸਟਾਰਟ ਕਰਦੇ ਹਾਂ ਅੱਜ ਦੀ ਵੀਡੀਓ। ਹਾਂਜੀ ਫਰਸਟ ਕੁਐਸਚਨ ਹੈਗਾ ਹੈ ਅਨੁਕੂਲ ਵਪਾਰ ਬਾਕੀ ਕੀ ਹੈ ਫਰਸਟ অপਸ਼ਨ ਦਿੰਦਾ ਹੈ ਜਿਸ ਵਿੱਚ ਕੀ ਹੋਵੇਗਾ ਨਿਰਿਆਤ ਤੇ ਆਯਾਤ ਬਰਾਬਰ ਹੋਣਗੇ ਦੂਜਾ অপਸ਼ਨ ਦਿੰਦਾ ਹੈ ਜਿਸ ਵਿੱਚ ਨਿਰਿਆਤ ਵੱਡਾ ਹੋਵੇਗਾ ਆਯਾਤ ਤੋਂ ਤੀਜਾ অপਸ਼ਨ ਦਿੰਦਾ ਹੈ ਨਿਰਿਆਤ ਛੋਟਾ ਹੋਵੇਗਾ ਆਯਾਤ ਤੋਂ ਤੇ ਫੋਰਥ ਦਿੰਦਾ ਹੈ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਅਨੁਕੂਲ ਵਪਾਰ ਹੁੰਦਾ ਜੀ ਜਿਸ ਵਿੱਚ ਨਿਰਿਆਤ ਵੱਡਾ ਹੋਵੇ ਆਯਾਤ ਤੋਂ ਤਾਂ অপਸ਼ਨ ਬੀ ਹੈ ਜਿਹੜਾ ਇਸ ਕੁਐਸਚਨ ਦਾ ਕਰੈਕਟ ਹੋ ਜਾਵੇਗਾ ਨੈਕਸਟ ਕੁਐਸਚਨ ਵੱਲ ਚੱਲਦੇ ਆਂ ਨੈਕਸਟ ਕੁਐਸਚਨ ਦਿੱਤਾ ਹੈ ਜੀ ਪ੍ਰਤੀਕੁਲ ਵਪਾਰ ਬਾਕੀ ਕੀ ਹੈ ਫਸਟ ਆਪਸ਼ਨ ਦਿੱਤਾ ਹੈ ਨਿਰਿਆਤ ਤੇ ਆਯਾਤ ਬਰਾਬਰ ਹੋਣਗੇ ਸੈਕੰਡ ਹੈਗਾ ਜੀ ਨਿਰਿਆਤ ਵੱਡਾ ਹੋਵੇਗਾ ਆਯਾਤ ਤੋਂ ਥਰਡ ਦਿੱਤਾ ਹੈ ਨਿਰਿਆਤ ਛੋਟਾ ਹੋਵੇਗਾ ਆਯਾਤ ਤੋਂ ਤੇ ਫੋਰਥ ਦਿੱਤਾ ਹੈ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਪ੍ਰਤੀਕੁਲ ਵਪਾਰ ਹੁੰਦਾ ਹੈ ਜੀ ਜਿਸ ਵਿੱਚ ਨਿਰਿਆਤ ਛੋਟਾ ਹੋਵੇ ਆਯਾਤ ਤੋਂ ਤਾਂ ਇਸ ਕੁਐਸਚਨ ਦਾ ਜਿਹੜਾ ਆਪਸ਼ਨ ਸੀ ਹੈਗਾ ਆਪਣਾ ਕੋਰेक्ट ਹੋ ਜਾਵੇਗਾ ਨੈਕਸਟ ਕੁਐਸਚਨ ਵੱਲ ਚਲਦੇ ਆਂ ਹਾਂਜੀ ਨੈਕਸਟ ਕੁਐਸਚਨ ਦਿੱਤਾ ਹੈ ਵਿਦੇਸ਼ੀ ਆਯਾਤ ਵਿੱਚ ਭਾਰਤ ਦਾ ਯੋਗਦਾਨ ਕਿੰਨੇ ਪ੍ਰਤੀਸ਼ਤ ਹੈਗਾ ਜੀ ਵਿਦੇਸ਼ੀ ਆਯਾਤ ਵਿੱਚ ਭਾਰਤ ਦਾ ਯੋਗਦਾਨ ਕਿੰਨੇ ਪਰਸੈਂਟ ਹੈਗਾ ਫਰਸਟ ਆਪਸ਼ਨ ਦਿੱਤਾ ਹੈ 1.2% ਸੈਕਿੰਡ ਦਿੱਤਾ ਹੈ 1.6% ਥਰਡ ਦਿੱਤਾ ਹੈ 1.9% ਤੇ ਫੋਰਥ ਦਿੱਤਾ ਹੈ 1.8% ਤਾਂ ਵਿਦੇਸ਼ੀ ਆਯਾਤ ਵਿੱਚ ਭਾਰਤ ਦਾ ਜਿਹੜਾ ਯੋਗਦਾਨ ਹੈਗਾ ਉਹ ਹੈਗਾ ਜੀ 1.8% ਤੇ ਇਸ ਕੁਸ਼ਚਨ ਦਾ ਡੀ ਆਪਸ਼ਨ ਹੈ ਜਿਹੜਾ ਆਪਣਾ ਕਰੈਕਟ ਹੋ ਜਾਵੇਗਾ ਨੈਕਸਟ ਕੁਸ਼ਚਨ ਵੱਲ ਚਲਦੇ ਹਾਂ ਨੈਕਸਟ ਕੁਸ਼ਚਨ ਹੈਗਾ ਜੀ ਵਿਦੇਸ਼ੀ ਨਿਰਯਾਤ ਖੇਤਰ ਵਿੱਚ ਭਾਰਤ ਦਾ ਯੋਗਦਾਨ ਕਿੰਨੇ ਪਰਸੈਂਟ ਹੈ ਹੁਣ ਆਪਾਂ ਨੂੰ ਦੱਸਣਾ ਜੀ ਨਿਰਯਾਤ ਖੇਤਰ ਵਿੱਚ ਫਸਟ ਆਪਸ਼ਨ ਦਿੱਤਾ ਹੈ 0.2% ਸੈਕਿੰਡ ਦਿੱਤਾ ਹੈ 0.8% ਥਰਡ ਹੈਗਾ 1.7% ਤੇ ਫੋਰਥ ਦਿੱਤਾ ਹੈ 1.9% ਦਾ ਵਿਦੇਸ਼ੀ ਨਿਰਿਆਤ ਵਿੱਚ ਜਿਹੜਾ ਪਰਦਾ ਯੋਗਦਾਨ ਹੈਗਾ ਉਹ ਹੈਗਾ ਜੀ 0.8% ਤਾਂ ਇਸ ਕੁਸ਼ਣ ਦਾ ਬੀ ਆਪਸ਼ਨ ਜਿਹੜਾ ਆਪਣਾ கரੈਕਟ ਹੋ ਜਾਵੇਗਾ ਨੈਕਸਟ ਕੁਸ਼ਣ ਵੱਲ ਚਲਦੇ ਹਾਂ ਨੈਕਸਟ ਕੁਸ਼ਣ ਦਿੱਤਾ ਹੈ ਜੀ ਭਾਰਤ ਦਾ ਮੁੱਖ ਨਿਰਿਆਤ ਕੀ ਹੈ ਚਾਰ ਆਪਸ਼ਨ ਨੇ ਫਸਟ ਦਿੱਤਾ ਹੈ ਚਾਹ ਸੈਕਿੰਡ ਦਿੱਤਾ ਹੈ ਕੌਫੀ ਥਰਡ ਦਿੱਤਾ ਹੈ ਕਪੜਾ ਤੇ ਫੋਰ ਦਿੱਤਾ ਹੈ ਉੱਪਰ ਦੱਸੇ ਸਾਰੇ ਤਾਂ ਭਾਰਤ ਦਾ ਜਿਹੜਾ ਮੁੱਖ ਨਿਰਯਾਤਕ ਨੇ ਉਹ ਸਾਰੇ ਹੀ ਗਿਣੇ ਜੀ ਚਾਹ, ਕੌਫੀ, ਕਪੜਾ। ਇਸ ਕੁਐਸਚਨ ਦਾ ਡੀ ਆਪਸ਼ਨ ਹੈ ਜਿਹੜਾ ਆਪਣਾ ਕਰੈਕਟ ਹੋ ਜਾਵੇਗਾ, ਉੱਪਰ ਦੱਸੇ ਸਾਰੇ। ਨੈਕਸਟ ਕੁਐਸਚਨ ਦਿੱਤਾ ਹੈ, ਭਾਰਤ ਦਾ ਮੁੱਖ ਆਯਾਤ ਕੀ ਹੈ? ਫਰਸਟ ਆਪਸ਼ਨ ਦਿੱਤਾ ਹੈ ਪਰਸਨ, ਸੈਕੰਡ ਦਿੱਤਾ ਹੈ ਕਪੜਾ, ਥਰਡ ਦਿੱਤਾ ਹੈ ਮਸ਼ੀਨਰੀ ਤੇ ਫੋਰਥ ਦਿੱਤਾ ਹੈ ਜੀ ਚਾਹ। ਤਾਂ ਭਾਰਤ ਦਾ ਜਿਹੜਾ ਮੁੱਖ ਆਯਾਤ ਹੈਗਾ ਉਹ ਹੈਗਾ ਜੀ ਮਸ਼ੀਨਰੀ। ਆਪਸ਼ਨ ਸੀ ਹੈ ਜਿਹੜਾ ਆਪਣਾ ਇਸ ਕੁਐਸਚਨ ਦਾ ਕੋਰੈਕਟ ਹੋ ਜਾਵੇਗਾ ਇਹ ਸਾਰੇ ਕੁਸ਼ਨ ਹੈਗੇ ਨੇ ਜੀ ਇਹ ਹੈਗੇ ਨੇ ਜੀ ਇਕਨੋਮਿਕਸ ਦੇ 파ਰਿਤ ਦਾ ਵਿਦੇਸ਼ੀ ਵਪਾਰ ਤੋਂ ਰਿਲੇਟਡ ਨੈਕਸਟ ਕੁਸ਼ਨ ਵੱਲ ਚਲਦੇ ਆਂ ਹਾਂਜੀ ਨੈਕਸਟ ਕੁਸ਼ਨ ਹੈਗਾ 12ਵੀਂ ਪੰਜ ਸਾਲਾ ਯੋਜਨਾ ਦੀ ਮਿਆਦ ਕੀ ਹੈ 12ਵੀਂ ਪੰਜ ਸਾਲਾ ਯੋਜਨਾ ਦੀ ਜਿਹੜੀ ਮਿਆਦ ਕੀ ਸੀ ਇਹ ਹੈਗੀ ਸੀ ਜੀ 2012 ਤੋਂ ਲੈ ਕੇ 2017 ਆਪਸ਼ਨ ਸੀ ਹੈ ਜਿਹੜਾ ਆਪਣਾ ਕੋਰੈਕਟ ਹੋ ਜਾਵੇਗਾ ਇਹ ਸਾਰੇ ਕੁਐਸਚਨ ਨੇ ਜੀ ਇਕਨੋਮਿਕਸ ਦੇ ਭਾਰਤ ਵਿੱਚੋਂ ਆਰਥਿਕ ਨਿਯੋਜਨ ਤੋਂ ਲੈ ਕੇ ਨੈਕਸਟ ਕੁਐਸਚਨ ਹੈਗਾ ਜੀ ਭਾਰਤੀ ਨਿਯੋਜਨ ਦਾ ਮੁੱਖ ਉਦੇਸ਼ ਕੀ ਹੈਗਾ ਫਸਟ ਆਪਸ਼ਨ ਦਿੱਤਾ ਹੈ ਆਰਥਿਕ ਵਿਕਾਸ ਸੈਕੰਡ ਦਿੱਤਾ ਹੈ ਰੁਜ਼ਗਾਰ ਥਰਡ ਦਿੱਤਾ ਹੈ ਕੀਮਤ ਸਥਿਰਤਾ ਤੇ ਫੋਰਥ ਦਿੱਤਾ ਹੈ ਜੀ ਉੱਪਰ ਦੱਸੇ ਸਾਰੇ ਤਾਂ ਇਸ ਕੁਐਸਚਨ ਦਾ ਜਿਹੜਾ ਕਰੈਕਟ ਆਨਸਰ ਹੋ ਜਾਵੇਗਾ ਆਪਸ਼ਨ ਨੰਬਰ ਡੀ ਉੱਪਰ ਦੱਸੇ ਸਾਰੇ ਜਿਹੜਾ ਭਾਰਤੀ ਨਿਯੋਜਨ ਦਾ ਮੁੱਖ ਉਦੇਸ਼ ਹੈਗਾ ਜੀ ਆਰਥਿਕ ਵਿਕਾਸ ਰੋਜ਼ਗਾਰ ਤੇ ਕੀਮਤ ਸਥਿਰਤਾ ਤਾਂ ਇਸ ਕੁਐਸਚਨ ਦਾ ਜਿਹੜਾ ਕਰੈਕਟ ਆਨਸਰ ਹੋ ਜਾਵੇਗਾ অপਸ਼ਨ ਨੰਬਰ ਡੀ ਉੱਪਰ ਦੱਸੇ ਸਾਰੇ ਨੈਕਸਟ ਕੁਐਸਚਨ ਹੈਗਾ ਜੀ ਭਾਰਤੀ ਸੰਖਿਆਕੀ ਸੰਸਥਾਨ ਦੀ ਸਥਾਪਨਾ ਕਿਸ ਨੇ ਕੀਤੀ ਸੀ ਤਾਂ ਸਾਡੇ ਕੋਲ ਚਾਰ অপਸ਼ਨ ਦਿੱਤੇ ਨੇ ਫਰਸਟ ਦਿੱਤਾ ਹੈ ਜਵਾਹਰ ਲਾਲ ਨਹਿਰੂ ਜੀ ਸੈਕੰਡ ਦਿੱਤਾ ਹੈ ਮਹਾਲ ਨੋਬਿਸ ਥਰਡ ਦਿੱਤਾ ਹੈ ਮਹਾਤਮਾ ਗਾਂਧੀ ਤੇ ਫੋਰ ਦਿੱਤਾ ਹੈ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਇਸ ਕੁਐਸਚਨ ਦਾ ਜਿਹੜਾ கரெக்ட் आंसर हो ਜਾਵੇਗਾ অপশন নাম্বার B মহল নোবিশ অপশন B ਹੈ ਜਿਹੜਾ ਆਪਣਾ கரெਕਟ ਹੋ ਜਾਵੇਗਾ ਨੈਕਸਟ ਕੁਐਸਚਨ ਵੱਲ ਚਲਦੇ ਹਾਂ ਨੈਕਸਟ ਕੁਐਸਚਨ ਹੈਗਾ ਜੀ ਯੋਜਨਾ ਕਮਿਸ਼ਨ ਦਾ ਪ੍ਰਧਾਨ ਕੌਣ ਹੁੰਦਾ ਹੈ ਯੋਜਨਾ ਕਮਿਸ਼ਨ ਦਾ ਪ੍ਰਧਾਨ ਕੌਣ ਹੁੰਦਾ ਹੈ ਫਰਸਟ অপਸ਼ਨ ਦਿੱਤਾ ਹੈ ਐਨ ਡਬਲ ਐਸਓ ਸੈਕੰਡ ਦਿੱਤਾ ਹੈ ਮੁੱਖ ਮੰਤਰੀ ਥਰਡ ਦਿੱਤਾ ਹੈ ਰਾਸ਼ਟਰਪਤੀ ਤੇ ਫੋਰਥ ਆਪਣੇ ਕੋਲ ਦਿੱਤਾ ਹੈ ਪ੍ਰਧਾਨ ਮੰਤਰੀ ਤਾਂ ਯੋਜਨਾ ਕਮਿਸ਼ਨ ਦਾ ਜਿਹੜਾ ਪ੍ਰਧਾਨ ਹੁੰਦਾ ਹੈ ਹੁੰਦਾ ਜੀ ਪ੍ਰਧਾਨ ਮੰਤਰੀ অপਸ਼ਨ ਡੀ ਹੈ ਜਿਹੜਾ ਆਪਣਾ ਕਰੈਕਟ ਹੋ ਜਾਵੇਗਾ ਹਾਂਜੀ ਫਰੈਂਡਸ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਕਰੋ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਜੀ ਨੈਕਸਟ ਕੁਐਸਚਨ ਵੱਲ ਚਲਦੇ ਹਾਂ ਨੈਕਸਟ ਕੁਐਸਚਨ ਹੈਗਾ ਜੀ ਭਾਰਤ ਵਿੱਚ ਆਰਥਿਕ ਨਿਯੋਜਨ ਦੀ ਸ਼ੁਰੂਆਤ ਕਦੋਂ ਹੋਈ ਸੀ ਭਾਰਤ ਵਿੱਚ ਆਰਥਿਕ ਨਿਯੋਜਨ ਦੀ ਸ਼ੁਰੂਆਤ ਕਦੋਂ ਹੋਈ ਸੀ ਫਸਟ অপਸ਼ਨ ਦਿੱਤਾ ਹੈ 1948 ਸੈਕੰਡ ਦਿੱਤਾ ਹੈ 1950 ਥਰਡ ਹੈਗਾ 1951 ਤੇ ਫੋਰਥ ਦਿੱਤਾ ਜੀ 1956 ਤਾਂ ਭਾਰਤ ਵਿੱਚ ਆਰਥਿਕ ਨਿਯੋਜਨ ਦੀ ਜਿਹੜੀ ਸ਼ੁਰੂਆਤ ਹੋਈ ਸੀ ਉਹ ਹੋਈ ਸੀ ਜੀ 1951 ਵਿੱਚ অপਸ਼ਨ ਸੀ ਹੈ ਜਿਹੜਾ ਆਪਣਾ ਇਸ ਕੁਸ਼ਣ ਦਾ ਕਰੈਕਟ ਹੋ ਜਾਵੇਗਾ ਨੈਕਸਟ ਕੁਸ਼ਣ ਕਿਹ ਹੈ ਯੋਜਨਾ ਕਮਿਸ਼ਨ ਦੀ ਸਥਾਪਨਾ ਕਦੋਂ ਹੋਈ ਯੋਜਨਾ ਕਮਿਸ਼ਨ ਦੀ ਸਥਾਪਨਾ ਕਦੋਂ ਹੋਈ ਸੀ ਫਰਸਟ অপਸ਼ਨ ਹੈਗਾ 1950 ਸੈਕਿੰਡ ਦਿੱਤਾ ਹੈ 1956 ਥਰਡ ਦਿੱਤਾ ਹੈ 1961 ਤੇ ਫੋਰਥ ਦਿੱਤਾ ਜੀ 1960 ਤਾਂ ਯੋਜਨਾ ਕਮਿਸ਼ਨ ਦੀ ਜਿਹੜੀ ਸਥਾਪਨਾ ਹੋਈ ਸੀ ਉਹ ਹੋਈ ਸੀ ਜੀ 1950 ਵਿੱਚ ਆਪਸ਼ਨ ਫਰਸਟ ਹੈ ਜਿਹੜਾ ਇਸ ਕੁਸ਼ਚਨ ਦਾ ਆਪਣਾ ਕਰੈਕਟ ਹੋ ਜਾਵੇਗਾ ਨੈਕਸਟ ਕੁਸ਼ਚਨ ਵੱਲ ਚਲਦੇ ਹਾਂ ਹਾਂਜੀ ਨੈਕਸਟ ਕੁਸ਼ਚਨ ਹੈਗਾ ਪਹਿਲੀ ਪੰਜ ਸਾਲਾ ਯੋਜਨਾ ਦੀ ਮਿਆਦ ਕੀ ਸੀ ਆਹ ਕੁਸ਼ਚਨ ਵੈਰੀ ਵੈਰੀ ਇੰਪੋਰਟੈਂਟ ਹੈਗਾ ਜੀ ਪਹਿਲੀ ਪੰਜ ਸਾਲਾ ਯੋਜਨਾ ਦੀ ਜਿਹੜੀ ਮਿਆਦ ਕੀ ਸੀ ਤਾਂ ਇਸ ਕੁਸ਼ਚਨ ਦਾ ਜਿਹੜਾ ਕਰੈਕਟ ਆਨਸਰ ਹੋ ਜਾਵੇਗਾ ਆਪਸ਼ਨ ਨੰਬਰ ਬੀ 1951 ਤੋਂ ਲੈ ਕੇ 56 ਜਿਹੜੀ ਪਹਿਲੀ 5 ਸਾਲਾ ਯੋਜਨਾ ਸੀ ਉਹਦੀ ਜਿਹੜੀ ਮਿਆਦ ਸੀ 51 ਤੋਂ ਲੈ ਕੇ 56 ਤੱਕ ਨੈਕਸਟ ਕੁਐਸਚਨ ਵੱਲ ਚਲਦੇ ਆਂ ਹਾਂਜੀ ਨੈਕਸਟ ਜਿਹੜੇ ਆਪਾਂ ਕੁਐਸਚਨ ਕਰਾਂਗੇ ਇਹ ਸਾਰੇ ਹਿਸਟਰੀ ਨਾਲ ਰਿਲੇਟਡ ਹੋਣਗੇ ਤਾਂ ਫਸਟ ਜਿਹੜਾ ਚੈਪਟਰ ਹੈਗਾ ਪੰਜਾਬ ਦੀਆਂ ਪੰਗੋਲਿਕ ਵਿਸ਼ੇਸ਼ਤਾਵਾਂ ਤੇ ਉਹਨਾਂ ਦਾ ਇਸ ਤੇ ਇਤਿਹਾਸ ਤੇ ਪ੍ਰਭਾਵ ਤਾਂ ਸਟਾਰਟ ਕਰਦੇ ਆਂ ਜੀ ਫਸਟ ਕੁਐਸਚਨ ਤੋਂ ਪੰਜਾਬ ਨੂੰ ਅੰਗਰੇਜ਼ੀ ਰਾਜ ਵਿੱਚ ਕਦੋਂ ਮਿਲਾਇਆ ਗਿਆ ਸੀ ਪੰਜਾਬ ਨੂੰ ਅੰਗਰੇਜ਼ੀ ਰਾਜ ਵਿੱਚ ਕਦੋਂ ਮਿਲਾਇਆ ਗਿਆ ਸੀ ਫਰਸਟ ਆਪਸ਼ਨ ਹੈਗਾ 1947 ਵਿੱਚ ਸੈਕੰਡ ਦਿੱਤਾ ਹੈ 1857 ਵਿੱਚ ਤੇ ਥਰਡ ਦਿੱਤਾ ਹੈ 1849 ਵਿੱਚ ਤੇ ਫੋਰਥ ਹੈਗਾ ਜੀ 1899 ਵਿੱਚ ਤਾਂ ਇਸ ਕੁਸ਼ਣ ਦਾ ਜਿਹੜਾ ਕਰੈਕਟ ਆਪਸ਼ਨ ਹੋ ਜਾਏਗਾ ਆਪਸ਼ਨ ਨੰਬਰ ਸੀ 1849 ਇਸ ਵਿੱਚ ਪੰਜਾਬ ਨੂੰ ਜਿਹੜਾ ਅੰਗਰੇਜ਼ੀ ਰਾਜ ਵਿੱਚ ਮਿਲਾਇਆ ਗਿਆ ਸੀ 1849 ਇਸ ਵਿੱਚ ਨੈਕਸਟ ਕੁਸ਼ਣ ਹੈਗਾ ਪੰਜਾਬ ਨੂੰ ਪਾਸ਼ਾ ਦੇ ਆਧਾਰ ਤੇ ਦੋ ਹਿੱਸਿਆਂ ਵਿੱਚ ਕਦੋਂ ਵੰਡਿਆ ਗਿਆ ਸੀ ਪੰਜਾਬ ਨੂੰ ਪਾਸ਼ਾ ਦੇ ਆਧਾਰ ਤੇ ਦੋ ਹਿੱਸਿਆਂ ਵਿੱਚ ਕਦੋਂ ਵੰਡਿਆ ਗਿਆ ਸੀ ਫਰਸਟ অপਸ਼ਨ ਦਿੱਤਾ ਹੈ 1947 ਵਿੱਚ ਸੈਕੰਡ ਹੈਗਾ 1966 ਵਿੱਚ ਥਰਡ ਹੈਗਾ ਜੀ 1950 ਵਿੱਚ ਤੇ ਫੋਰਥ ਦਿੱਤਾ ਹੈ 1971 ਵਿੱਚ ਤਾਂ ਇਸ ਕੁਸ਼ਣ ਦਾ ਜਿਹੜਾ கரੈਕਟ ਆਨਸਰ ਹੋ ਜਾਵੇਗਾ অপਸ਼ਨ ਨੰਬਰ ਬੀ 1966 ਵਿੱਚ ਪੰਜਾਬ ਨੂੰ ਜਿਹੜਾ ਪਾਸ਼ਾ ਦੇ ਆਧਾਰ ਤੇ ਦੋ ਹਿੱਸਿਆਂ ਵਿੱਚ 1966 ਵਿੱਚ ਵੰਡਿਆ ਗਿਆ ਸੀ ਨੈਕਸਟ ਕੁਸ਼ਣ ਵੱਲ ਚੱਲਦੇ ਹਾਂ ਨੈਕਸਟ ਕੁਐਸਚਨ ਹੈਗਾ ਜੀ ਅੰਗਰੇਜ਼ਾਂ ਅਤੇ ਮਹਾਰਾਜਾ ਰਣਜੀਤ ਸਿੰਘ ਦਰਮਿਆਨ ਸੀਮਾ ਦਾ ਕੰਮ ਕਰਦਾ ਸੀ ਹਾਂਜੀ ਅੰਗਰੇਜ਼ਾਂ ਅਤੇ ਮਹਾਰਾਜਾ ਰਣਜੀਤ ਸਿੰਘ ਦਰਮਿਆਨ ਸੀਮਾ ਦਾ ਕੰਮ ਕੌਣ ਕਰਦਾ ਸੀ ਹਾਂਜੀ ਫਰਸਟ ਆਪਸ਼ਨ ਹੈਗਾ ਸਤਲੁਜ ਦਰਿਆ ਸੈਕੰਡ ਹੈ ਚਨਾਬ ਦਰਿਆ ਥਰਡ ਹੈਗਾ ਰਾਵੀ ਦਰਿਆ ਤੇ ਫੋਰਥ ਹੈਗਾ ਜੀ ਬਿਆਸ ਦਰਿਆ ਤਾਂ ਇਸ ਕੁਐਸਚਨ ਦਾ ਜਿਹੜਾ ਕਰੈਕਟ ਆਨਸਰ ਹੋ ਜਾਏਗਾ ਆਪਸ਼ਨ ਨੰਬਰ 1 ਸਤਲੁਜ ਦਰਿਆ ਅੰਗਰੇਜ਼ਾਂ ਤੇ ਮਹਾਰਾਜਾ ਰਣਜੀਤ ਸਿੰਘ ਦੇ ਵਿੱਚਕਾਰ ਜਿਹੜਾ ਸਿਮਾ ਦਾ ਕੰਮ ਕਰਦਾ ਸੀ ਉਹ ਹੈਗਾ ਸੀ ਸਤਲੁਜ ਦਰਿਆ ਨੈਕਸਟ ਕੁਐਸਚਨ ਵੱਲ ਚਲਦੇ ਹਾਂ ਨੈਕਸਟ ਕੁਐਸਚਨ ਹੈਗਾ ਜੀ ਅੱਜਕੱਲ੍ਹ ਹਿੰਦ-ਪਾਕ ਪੱਛਮਾ ਦਾ ਕੰਮ ਕਿਹੜਾ ਦਰਿਆ ਕਰਦਾ ਹੈ ਅੱਜਕੱਲ੍ਹ ਹਿੰਦ ਹਿੰਦੁਸਤਾਨ ਤੇ ਪਾਕਿਸਤਾਨ ਦੀ ਸਿਮਾ ਦਾ ਜਿਹੜਾ ਕੰਮ ਕਿਹੜਾ ਦਰਿਆ ਕਰਦਾ ਹੈ ਫਸਟ ਆਪਸ਼ਨ ਹੈਗਾ ਰਾਵੀ ਦਰਿਆ ਸੈਕੰਡ ਹੈਗਾ ਚਨਾਬ ਦਰਿਆ ਥਰਡ ਦਿੱਤਾ ਜੀ ਬਿਆਸ ਦਰਿਆ ਤੇ ਫੋਰ ਦੇਗਾ ਸਤਲੁਜ ਦਰਿਆ। ਇਸ ਕੁਐਸਚਨ ਦਾ ਜਿਹੜਾ கரੈਕਟ ਆਨਸਰ ਹੋ ਜਾਏਗਾ অপਸ਼ਨ ਨੰਬਰ 1st। ਰਾਵੀ ਦਰਿਆ। ਹਾਂਜੀ ਅੱਜ ਦਾ ਜਿਹੜਾ ਲਾਸਟ ਕੁਐਸਚਨ ਕਰ ਰਹੇ ਆਂ। ਸ਼ਾਹ ਜਹਾਨ ਨੇ ਭਾਰਤ ਉੱਤੇ ਹਮਲਾ ਕਦੋਂ ਕੀਤਾ ਸੀ? ਸ਼ਾਹ ਜਹਾਨ ਨੇ ਭਾਰਤ ਦੇ ਜਿਹੜੇ ਪੰਜਾਬ ਸੀ ਉੱਤੇ ਹਮਲਾ ਕਦੋਂ ਕੀਤਾ ਸੀ? ਫਰਸਟ অপਸ਼ਨ ਦਿੱਤਾ ਜੀ 1811 ਵਿੱਚ। ਸੈਕੰਡ ਹੈਗਾ 1798 ਵਿੱਚ। 3rd ਦਿੱਤਾ ਹੈ 1757 ਵਿੱਚ। ਤੇ 4 ਤਿ Tháng 1794 ਵਿੱਚ। ਤਾਂ ਇਸ ਕੁਐਸਚਨ ਦਾ ਜਿਹੜਾ ਕਰੈਕਟ ਆਨਸਰ ਹੋ ਜਾਵੇਗਾ অপਸ਼ਨ ਨੰਬਰ B 1798 ਵਿੱਚ। ਸ਼ਾਹਜਾਹ ਨੇ ਜਿਹੜਾ ਪੰਜਾਬ ਉੱਤੇ ਹਮਲਾ ਕਦੋਂ ਕੀਤਾ ਸੀ 1798 ਵਿੱਚ। ਹਾਂਜੀ ਅੱਜ ਦੀ ਵੀਡੀਓ ਇੱਥੇ ਸਮਾਪਤ ਕਰਦੇ ਹਾਂ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਓ। ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਨਾਲ ਲੱਗੇ ਬੈਲ ਆਈਕਨ ਨੂੰ ਵੀ ਪ੍ਰੈਸ ਕਰਿਓ ਤਾਂ ਜੋ ਤੁਹਾਨੂੰ ਸਾਡੀ ਹਰ ਇੱਕ ਵੀਡੀਓ ਦੀ ਨਵੀਂ ਨੋਟੀਫਿਕੇਸ਼ਨ ਜਿਹੜੀ ਟਾਈਮ ਨਾਲ ਮਿਲ ਸਕੇ ਮਿਲਦੇ ਆਂ ਜੀ ਨੈਕਸਟ ਵੀਡੀਓ 'ਚ ਉਦੋਂ ਤੱਕ ਦੇ ਲਈ ਟੇਕ ਕੇਅਰ